Oh,
ਸਭ ਕਹਿੰਦੇ ਨੇ ਪੂਜਾ ਆਸਨ ਥਾਪਣ ਸੋਆ ਜਿੱਥੇ ਬਾਬਾ ਪੈਰ ਧਰੇ। ਧੰਨ ਗੁਰੂ ਨਾਨਕ ਦਾ ਆਉਣਾ ਇਸ ਸੰਸਾਰ ਤੇ ਆਮ ਅਵਤਾਰੀ ਪੁਰਸ਼ ਦਾ ਆਉਣਾ ਨਹੀਂ। ਬਾਕੀਆਂ ਨਾਲੋਂ ਇੰਨਾ ਹੀ ਫਰਕ ਹੈ, ਹਰ ਯੁੱਗ ਵਿੱਚ ਵੀ ਜਿਹੜੇ ਅਵਤਾਰ ਆਏ ਨੇ ਉਹ ਅਕਾਲ ਪੁਰਖ ਦੇ ਭੇਜੇ ਹੋਏ ਸਨ। ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਅਕਾਲ ਪੁਰਖ ਆਏ। ਕਹਿ ਦਿਓ ਸਤਨਾਮ। ਮਿੱਟੀ ਧੁੰਦ ਜਗ ਚਾਨਣ ਹੋਆ, ਅਗਿਆਨਤਾ ਦੀ ਧੁੰਦ ਜੋ ਹੈ ਇਹ ਸਹੀ ਕਿਤੇ ਲਹਿੰਦੀ ਨਹੀਂ। ਜੇ ਕਿਤੇ ਇਤਿਹਾਸ 'ਤੇ ਨਿਗਾਹ ਮਾਰ ਲਈਏ
ਬਾਬੇ ਕੇ ਤੇ ਬਾਬਰ ਕਿਆਂ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਵੱਡਾ ਕਲੈਸ਼ ਰਿਹਾ। ਬੇਨਤੀ ਕਰਾਂ, ਤਿੰਨ ਬਹੁਤ ਵੱਡੀਆਂ ਔਕੜਾਂ ਨੇ ਧਰਮ ਦੇ ਪ੍ਰਚਾਰ ਵਿੱਚ। ਬੜੇ ਗੁਰਮੁਖ ਆਪ ਜੀ ਬੈਠੇ ਹੋ, ਰੋਕ ਹੈ ਸਭ ਤੋਂ ਵੱਡੀ ਰੋਕ ਧਰਮ ਪ੍ਰਚਾਰ ਚ। ਸਭ ਤੋਂ ਪਹਿਲੀ ਰੋਕ ਹੈ ਪਰਿਵਾਰ ਦੀ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪਰਿਵਾਰ ਖੜਾ ਹੈ। ਪਿਤਾ ਇਹ ਕਹਿ ਰਹੇ ਨੇ, ਇਹ ਕੋਈ ਸਾਡਾ ਕਰਮ ਨਹੀਂ ਜੋ ਤੁਸੀਂ ਕਰਨ ਲੱਗੇ ਹੋ। ਸਾਡਾ ਕਰਮ ਧਰਮ ਤੇ ਇਹੀ ਆ ਕਿ ਦੁਕਾਨਦਾਰੀ ਕਰਨੀ, ਨੌਕਰੀ ਕਰਨੀ। ਇਹ ਨਵਾਂ ਕੰਮ ਕਿੱਥੋਂ ਸ਼ੁਰੂ ਕਰ ਦਿੱਤਾ? ਸੁਣਨਾ ਜ਼ਰਾ, ਇਹ ਨਵਾਂ ਕਿੱਥੋਂ, ਨਵੀਂ ਲੀਹ ਕਿੱਥੋਂ ਚੱਲਣ ਲੱਗੀ ਹੈ? ਪਿਤਾ ਸਾਹਮਣੇ ਖੜੇ ਨੇ। ਪਿਤਾ, ਹਰ ਪਿਤਾ ਦੀ ਇੱਛਾ ਹੈ, ਤੁਹਾਡੀ ਵੀ ਇੱਛਾ ਹੈ, ਪੁੱਤਰ ਕਮਾ ਕੇ ਲਿਆਵੇ। ਗੱਲ ਇਕੱਲੇ ਗੁਰੂ ਨਾਨਕ ਸਾਹਿਬ ਦੀ ਨਹੀਂ। ਫਿਰ ਬੇਨਤੀ ਕਰਾਂ, ਕਿਉਂਕਿ ਆਪ ਜੀ 550 ਸਾਲਾਂ ਮਨਾਉਣ ਜਾ ਰਹੇ ਹੋ, ਸੋਚ ਲੈਣਾ ਮਨਾਉਣਾ ਕੀ ਆ ਕਿ 300 ਸਾਲਾਂ, 350 ਸਾਲਾਂ ਦੀ ਤਰ੍ਹਾਂ ਮਨਾ ਕੇ ਚਲੇ ਜਾਣਾ। ਮੈਂ ਤਾਂ ਆਪ ਜੀ ਨੂੰ ਬੇਨਤੀ ਕਰ ਸਕਦਾ, ਤੁਹਾਡਾ ਬੱਚਾ ਹਾਂ, ਕੋਈ ਸਾਧ ਸੰਤ ਬਾਬਾ ਨਹੀਂ, ਪਰ ਗੱਲ ਸੁਣਨੀ ਪੈਣੀ ਹੈ। ਸੁਣ ਲਵਾਂਗੇ ਤਾਂ ਭਲਾ ਹੋ ਸਕਦਾ। ਸਾਢੇ 500 ਸਾਲਾਂ ਆਉਣ ਵਾਲਾ ਤੁਸੀਂ ਕਿਵੇਂ ਮਨਾਓਗੇ, ਬਹੁਤ ਵੱਡਾ ਸਵਾਲ ਹੈ। ਮੈਂ ਬੇਨਤੀ ਕਰ ਰਿਹਾ ਸੀ, ਧਰਮ ਪ੍ਰਚਾਰ ਵਿੱਚ ਸਭ ਤੋਂ ਵੱਡੀ ਰੁਕਾਵਟ ਪਰਿਵਾਰ ਖੜਾ। ਸੈਂਤੀ ਸਾਲ ਦੀ ਲਗਭਗ ਉਮਰ ਸੀ ਪਾਤਸ਼ਾਹ ਦੀ, ਜਦ ਸੁਲਤਾਨਪੁਰ ਨੂੰ ਛੱਡ ਕੇ ਤਲਵੰਡੀ ਗਏ। 68 ਸਾਲ ਦੀ ਉਮਰ ਲਗਭਗ ਮਹਿਤਾ ਕਲਿਆਣ ਦਾਸ ਜੀ ਦੀ ਸੀ। ਸ਼ਾਮ ਦਾ ਵੇਲਾ ਸੀ ਜਦ ਪਾਤਸ਼ਾਹ ਪਹੁੰਚੇ ਨੇ। ਪਿਤਾ ਤੇ ਖੁਸ਼ ਹੋਣੇ ਨੇ, ਪੁੱਤਰ ਕਮਾਊ ਹੋ ਗਿਆ, ਕੁਝ ਸਾਥ ਤੇ ਰੱਖੇਗਾ, ਬੁਢਾਪਾ ਜਿਹੜਾ ਚੰਗਾ ਲੰਘ ਜਾਏਗਾ। ਜਿੰਨੇ ਅਸੀਂ ਬੈਠੇ ਹਾਂ ਇਸ ਸੋਚ 'ਚ ਹੀ ਬੈਠੇ ਹਾਂ, ਇਸ ਕਰਕੇ ਤਰਲੇ ਮਾਰਦੇ ਹਾਂ ਕਿ ਪੁੱਤਰਾਂ ਦਾ ਕੁਛ ਬਣਦੇ ਆ। ਖੈਰ, ਮੈਂ ਉਸ ਪਾਸੇ ਨਹੀਂ ਜਾਣਾ। ਜਿਹੜੀ ਬੇਨਤੀ ਅੱਜ ਕਰਨ ਲੱਗਾ, ਕਿਉਂਕਿ 3 ਦਿਨਾਂ ਤੋਂ ਸਿੰਘ ਸਾਹਿਬ ਜੀ ਸੈਕਟਰੀ ਸਾਹਿਬ ਕਹਿ ਰਹੇ ਸੀ ਵੀ 550ਵੇਂ ਪ੍ਰਕਾਸ਼ ਉਤਸਵ 'ਤੇ ਢਾਡੀ ਜਥਾ ਰੋਜ਼ ਪ੍ਰਚਾਰ ਕਰੂਗਾ, ਅਤੇ ਅੱਜ ਅਸੀਂ ਵੀ ਸੋਚਿਆ ਵੀ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਸ਼ਾਮ ਦਾ ਵੇਲਾ ਸੀ, ਸੋਚਿਆ ਸੀ ਪੁੱਤਰ ਕੁਛ ਲਿਆਏਗਾ। ਮੈਂ ਇੱਕ ਸ਼ਬਦ ਵਰਤਣ ਲੱਗਾ, ਕਿਤੇ ਗਲਤੀ ਨਾ ਮੈਨੂੰ ਗਲਤ ਨਾ ਸਮਝਣਾ। ਨੌਜਵਾਨ ਪਤਨੀ ਕਹਿ ਦੇਈਏ, ਧੰਨ ਗੁਰੂ ਨਾਨਕ ਸਾਹਿਬ ਦੇ ਘਰੋਂ ਸਤਿਕਾਰਯੋਗ ਮਾਤਾ ਜੀ ਛੋਟੇ ਛੋਟੇ ਬੱਚੇ ਨੇ। ਸ਼ਾਮ ਦੇ ਵੇਲੇ ਜਦ ਇਹ ਗੱਲ ਕਹੀ ਕਿ ਸਾਨੂੰ ਹੁਣ ਉਦਾਸੀਆਂ 'ਤੇ ਜਾਣਾ ਪੈਣਾ, ਆਉਣ ਦਾ ਕੋਈ ਪਤਾ ਨਹੀਂ, 2 ਸਾਲ, 4 ਸਾਲ, 6 ਸਾਲ, 10 ਸਾਲ, 12 ਸਾਲ ਲੱਗ ਸਕਦੇ ਆ, ਕੋਈ ਸਮਾਂ ਨੀਅਤ ਨਹੀਂ। ਸੁਣਨਾ ਜ਼ਰਾ, ਸਮਾਂ ਨੀਅਤ ਨਹੀਂ, ਕਦੋਂ ਮੁੜਨਾ ਇਹਦਾ ਕੋਈ ਪਤਾ ਨਹੀਂ। ਤੁਸੀਂ ਦੱਸੋਗੇ ਉਸ ਪਿਤਾ ਦਾ ਕੀ ਹਾਲ ਹੋਇਆ ਹੋਵੇਗਾ ਜਿਸਦਾ ਇੱਕੋ ਹੀ ਇੱਕ ਪੁੱਤਰ ਹੋਵੇ, ਅਤੇ ਉਹ ਕਵੇ ਚਲੇ ਜਾਣਾ, ਮੁੜਨ ਦਾ ਕੋਈ ਪਤਾ ਨਹੀਂ। ਪਤਨੀ ਸਾਹਮਣੇ ਖੜੀ ਹੈ, ਛੋਟੇ ਛੋਟੇ ਬੱਚੇ ਖੜੇ ਨੇ, ਉਹਨਾਂ 'ਤੇ ਕੀ ਗੁਜ਼ਰੀ ਹੋਏਗੀ ਜਦੋਂ ਇਹ ਕਿਹਾ ਹੋਏਗਾ ਵੀ ਵਾਪਸੀ ਦਾ ਕੋਈ ਚਾਂਸ ਨਹੀਂ, ਸੌਖਾ ਨਹੀਂ। ਮੈਂ ਬੇਨਤੀ ਇੰਨੀ ਕਰਨਾ ਚਾਹੁੰਦਾ ਵੀ ਇੰਨਾ ਸੌਖਾ ਨਹੀਂ। ਪਰਿਵਾਰ ਸਾਹਮਣੇ ਖੜਾ ਦੀਵਾਰ ਦੀ ਤਰ੍ਹਾਂ, ਵੱਡੇ ਵੱਡੇ ਮਹਾਤਮਾ ਬੁੱਧ ਵਰਗੇ
ਇਸ ਮੋਹ ਨੂੰ ਤੋੜ ਨਹੀਂ ਸਕੇ। ਮੈਂ ਬੇਨਤੀ ਕਰਾਂ ਤੋੜ ਨਹੀਂ ਸਕੇ। ਪਰ ਦੇਖ ਪਾਤਸ਼ਾਹ ਦੇ ਖੇਡ, ਵਿਚਿੱਤਰ ਖੇਡ ਹੈ ਮਾਲਕ ਦਾ। ਦੂਸਰੀ ਰੁਕਾਵਟ ਸਮੇਂ ਦੇ ਹਾਕਮਾਂ ਦੀ ਹੁੰਦੀ ਹੈ। ਬਾਬਰ ਸਾਹਮਣੇ ਖੜਾ, ਫਿਰ ਬੇਨਤੀ ਕਰਾਂ ਬਾਬਰ ਸਾਹਮਣੇ ਖੜਾ, ਸਤਿਗੁਰ ਨੂੰ ਕਹਿਣਾ ਪਿਆ ਬਾਬਰ ਤੂੰ ਜਾਵਰ। ਕੋਈ ਵੀ ਸੰਤ, ਕੋਈ ਵੀ ਗੁਰਮੁਖ, ਕੋਈ ਵੀ ਬਾਬਾ ਪ੍ਰਚਾਰ ਤਾਂ ਕਰ ਸਕਦਾ, ਪਰ ਸਮੇਂ ਦੀ ਸਰਕਾਰ ਇਹ ਚਾਹੁੰਦੀ ਆ ਵੀ ਸਾਡੇ ਹੁਕਮ 'ਚ ਰਹਿ ਕੇ ਕਰੇ, ਜਿੱਦਾਂ ਅਸੀਂ ਕਹਿੰਦੇ ਉੱਦਾਂ ਬੋਲਣ, ਉਸ ਤਰ੍ਹਾਂ ਹੀ ਕਹਿਣ ਜਿਵੇਂ ਅਸੀਂ ਕਹਿੰਦੇ ਹਾਂ, ਸਾਡੇ ਹੁਕਮ 'ਚ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਵਿਰੋਧ ਨਹੀਂ ਸੀ ਬਾਈ ਧਾਰ ਦੇ ਰਾਜਿਆਂ ਨਾਲ। ਉਸ ਸਮੇਂ ਦੇ ਰਾਜੇ ਨੇ ਉਹ ਕਹਿੰਦੇ ਨੇ ਜੋ ਅਸੀਂ ਕਹਿੰਦੇ ਉਹ ਕਰੋ। ਸਭ ਤੋਂ ਵੱਡੀ ਰੁਕਾਵਟ, ਆਪ ਜੀ ਹੈਰਾਨ ਹੋ ਜਾਓਗੇ, ਬਾਬਰ ਦਾ ਪੋਤਰਾ ਜਹਾਂਗੀਰ, ਜਿਸਨੇ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ, ਸੁਣਿਆ ਬਾਬਰ ਦਾ ਪੋਤਰਾ ਜਹਾਂਗੀਰ ਜਿਸਨੇ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕਰਾ ਦਿੱਤਾ, ਕਰ ਦਿੱਤਾ। ਜਹਾਂਗੀਰ ਦਾ ਪੋਤਰਾ ਔਰੰਗਜ਼ੇਬ ਜਿਸਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਬਾਬੇ ਕਿਤੇ ਬਾਬਰ ਕਿਆਂ ਤੱਕ ਸ਼ੁਰੂ ਤੋਂ ਕਲੈਸ਼ ਰਿਹਾ। ਮੈਂ ਇੱਕ ਬੇਨਤੀ ਕਰਾਂ, ਦੁਨੀਆਂ 'ਚ ਦੋ ਹੀ ਧਰਮ ਨੇ, ਮੇਰੇ ਨਾਲ ਕੋਈ ਬਾਅਦ 'ਚ ਵੀ ਗੱਲ ਕਰ ਸਕਦਾ, ਤੀਜਾ ਕੋਈ ਦੁਨੀਆਂ 'ਚ ਧਰਮ ਹੀ ਹੈ ਨਹੀਂ। ਦੋ ਹੀ ਧਰਮ ਨੇ, ਇੱਕ ਪਾਸੇ ਸੱਚੇ ਨੇ, ਇੱਕ ਪਾਸੇ ਝੂਠੇ ਨੇ। ਇਸ ਮਨ ਨੂੰ ਇੰਨਾ ਹੀ ਪੁੱਛਣਾ ਕਿ ਤੂੰ ਸੱਚਿਆਂ ਵਾਲੇ ਪਾਸੇ ਆ ਕਿ ਝੂਠਿਆਂ ਵਾਲੇ ਪਾਸੇ ਆ, ਤੀਜਾ ਤਾਂ ਕੋਈ ਧਰਮ ਹੀ ਹੈ ਨਹੀਂ ਦੁਨੀਆਂ 'ਚ। ਇਹਨੂੰ ਪੁੱਛਦੇ ਸੀ ਤੂੰ ਸਾਰੀ ਜ਼ਿੰਦਗੀ ਝੂਠਿਆਂ ਦੇ ਨਾਅਰੇ ਲਾਉਂਦਾ ਰਿਹਾ ਕਿ ਸੱਚਿਆਂ ਦਾ ਵੀ ਕੋਈ ਉਹਨਾਂ ਦੇ ਪਾਸੇ ਵੀ ਤੂੰ ਖੜਾ ਹੋਇਆ, ਤੈਨੂੰ ਪਤਾ ਲੱਗ ਜਾਣਾ ਤੂੰ ਨਰਕ 'ਚ ਰਹਿਣਾ ਕਿ ਸਵਰਗ 'ਚ ਰਹਿਣਾ। ਪੁੱਛ ਤੇ ਸਹੀ ਆਪਣੇ ਆਪ ਨੂੰ, ਤੂੰ ਕਿਹੜੇ ਧਰਮ ਦੀਆਂ ਗੱਲਾਂ ਕਰਦਾ? ਤੇ ਪਾਤਸ਼ਾਹ ਕਹਿੰਦੇ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾਲਿਆ। ਬੇਨਤੀ ਕਰ ਰਹੇ ਆਪ ਜੀ ਨੂੰ, ਪਾਤਸ਼ਾਹ ਕਹਿੰਦੇ ਸੋ ਸਤਿਗੁਰ ਧੰਨ ਧੰਨ ਜਿੰਦ ਪਰਮ ਗੜ੍ਹ ਤੋੜਿਆ। ਇਸ ਦਾ ਭਰਮ ਨਹੀਂ ਟੁੱਟਦਾ, ਓਨਾ ਹੀ ਭਰਮ ਇਹਦੇ ਅੰਦਰ ਜਿੰਨਾ ਅਗਿਆਨੀ ਮਨੁੱਖ ਦੇ ਅੰਦਰ, ਓਨਾ ਹੀ ਛਲ ਕਪਟ ਇਹਦੇ ਅੰਦਰ ਆ ਜਿੰਨਾ ਅਗਿਆਨੀ ਮਨੁੱਖ ਦੇ ਅੰਦਰ। ਵਰਦੀ ਬਦਲ ਬਦਲ ਕੇ ਤਾਂ ਦੇਖਦਾ, ਪਰ ਅੰਦਰੋਂ ਨਹੀਂ ਬਦਲਦਾ, ਨਹੀਂ ਬਦਲਦਾ, ਨਹੀਂ ਬਦਲਦਾ। ਮੈਂ ਹੋਰ ਬੇਨਤੀ ਕਰਨ ਲੱਗਾ, ਆ ਦੋ ਕੁ ਮਹੀਨੇ ਪਹਿਲੇ ਸ਼੍ਰੀ ਸੁਲਤਾਨਪੁਰ ਸਾਹਿਬ ਇੱਕ ਕਾਨਫਰੰਸ ਹੋਈ ਜਿੱਥੇ ਅਸੀਂ ਵੀ ਗਏ, ਸਾਨੂੰ ਵੀ ਸੱਦਿਆ ਸੀ, ਤੁਹਾਡੇ ਨਾਲ ਵੀ ਸਾਂਝ ਪਾਉਣਾ ਮੈਂ। ਉੱਥੇ ਤਕਰੀਬਨ ਸਾਰੇ ਹਿੰਦੁਸਤਾਨ ਤੋਂ ਅਤੇ ਬਾਹਰੋਂ ਵੀ ਗੁਰਮੁਖ ਪਿਆਰੇ ਆਏ ਸੀ, ਸਾਧੂ ਸੰਤ ਗੁਰਮੁਖ ਸੰਸਥਾਵਾਂ ਸਾਰੀਆਂ ਆਈਆਂ ਸੀ। ਦੋ ਕੁ ਮਿੰਟ ਉਹਨਾਂ ਨੇ ਸਾਨੂੰ ਵੀ ਦਿੱਤੇ ਜਿਹੜੇ ਪੰਜ ਛੇ ਬੁਲਾਰੇ ਬੋਲਣੇ ਸੀ। ਕਿਰਪਾ ਕਰਿਓ, ਪਰ ਪੰਜ ਕੁ ਮਿੰਟ ਅਸੀਂ ਲੈ ਗਏ ਕਿਉਂਕਿ ਇੱਛਾ ਸੀ ਕੋਈ ਗੱਲ ਕਹਾਂ, ਕਿਉਂਕਿ ਸਾਰੇ ਪਤਵੰਤ ਸੱਜਣ ਜਿਵੇਂ ਅੱਜ ਆਪ ਜੀ ਬੈਠੇ ਹੋ ਸਾਰੇ ਬੈਠੇ ਸੀ। ਅਸੀਂ ਬੇਨਤੀ ਕੀਤੀ ਵੀ ਜੇ ਤੁਹਾਡਾ ਧੰਨਵਾਦ ਕਰਨ ਲੱਗ ਪਿਆ ਤਾਂ ਸਾਡੇ ਦੋ ਮਿੰਟ ਨਿਕਲ ਜਾਣੇ ਆ, ਪਰ ਮੈਂ ਤਾਂ ਇੱਕ ਬੇਨਤੀ ਕਰਨਾ ਹੈ ਕਿਉਂਕਿ ਸਾਨੂੰ ਇਸ ਕਰਕੇ ਬੁਲਾਇਆ ਵੀ ਸਾਢੇ ਪੰਜ ਸੌ ਸਾਲਾਂ ਮਨਾਉਣਾ ਅਤੇ ਸਾਰਿਆਂ ਦੇ ਸੁਝਾਅ ਚਾਹੀਦੇ ਨੇ। ਬੇਨਤੀ ਮੈਂ ਕਿਹਾ ਮੈਂ ਇੱਕੋ ਹੀ ਕਰਦਾ ਵੀ ਸਿੱਖਾਂ ਦੀ ਇੱਕ ਪੀੜ੍ਹੀ ਅੱਤਵਾਦ ਖਾ ਗਿਆ, ਅਜੇ ਰਿਕਾਰਡਿੰਗ ਪਈ ਤੁਸੀਂ ਸੁਣ ਸਕਦੇ ਹੋ ਉੱਥੇ, ਦੂਜੀ ਪੀੜ੍ਹੀ ਨਸ਼ਾ ਖਾ ਗਿਆ, ਤੀਜੀ ਪੀੜ੍ਹੀ ਦੌੜਾਂ ਹੀ ਨਾਲ ਤੁਹਾਡੇ ਪੈਸੇ ਲੈ ਕੇ ਵੀ ਆ ਗਈ। ਤੁਸੀਂ ਦੱਸੋ ਸਮਾਜ ਨੂੰ ਦੇਣਾ ਕੀ ਹੈ? ਮੈਂ ਬੇਨਤੀ ਕਰ ਰਿਹਾ, ਜਾਂ ਚੂਨਾ ਚਾਨਾ ਖਿਲਾਰ ਕੇ ਚੱਜਣਾ ਅਤੇ ਦਾਲਾ ਜੀ ਫੁਲਕਾ ਜੀ ਫੁਲਕਾ ਜੀ
ਤੁਸੀਂ ਦੱਸੋਗੇ ਕੌਮ ਨੂੰ ਕੀ ਦਿਓਗੇ 550 ਸਾਲਾਂ? ਆਹ ਦੇਖ ਧੰਨ ਗੁਰੂ ਨਾਨਕ ਸਾਹਿਬ ਦੇ ਜਿਹਨਾਂ ਦੇ ਮੈਂ ਬਚਨ ਆਪ ਜੀ ਨੂੰ ਸੁਣਾਉਣ ਲੱਗਾ। ਸਮਾਜ ਭ੍ਰਿਸ਼ਟ ਹੈ। ਆਦਿ ਪਾਤਸ਼ਾਹ ਕੀ ਕਹਿੰਦੇ, ਕਾਦੀ ਕੂੜ ਬੋਲ ਮਲ ਖਾਏ। ਪਹਿਲਾਂ ਤਾਂ ਧਰਮੀ ਸਮਾਜ ਨੂੰ, ਤੀਸਰੀ ਵੱਡੀ ਰੁਕਾਵਟ ਧਾਰਮਿਕ ਆਗੂਆਂ ਦੀ ਹੁੰਦੀ, ਉਹ ਪ੍ਰਚਾਰ ਨਹੀਂ ਹੋਣ ਦਿੰਦੇ ਹੁੰਦੇ, ਕਿਤੇ ਗਲਤ ਫਹਿਮੀ ਚ ਨਾ ਰਹਿਣਾ। ਆ ਦੇਖ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕਾਜੀ ਖੜਾ, ਮੌਲਵੀ ਖੜਾ, ਪੰਡਿਤ ਖੜਾ, ਯੋਗੀ ਖੜੇ ਨੇ, ਸਿੱਧ ਖੜੇ ਨੇ। ਦੇਖ ਖੇਡ ਦੇਖ, ਕਦੇ ਧਿਆਨ ਨਹੀਂ ਨਾ ਆਇਆ ਹੋਣਾ, ਪਰ ਕਿਉਂਕਿ ਗੱਲ ਪ੍ਰਚਾਰ ਤੇ ਸੱਚ ਦੀ ਸੀ, ਗੱਲ ਰੌਲਾ ਰੁਲਾ ਪਾ ਕੇ ਜਾਣ ਦੀ ਨਹੀਂ ਸੀ ਸਾਡੀ, ਤੇ ਅਸੀਂ ਬੇਨਤੀ ਕੀਤੀ ਵੀ ਇਹ ਦੱਸੋ ਵੀ ਤੁਹਾਡੇ ਕੋਲ ਰੋਡ ਮੈਪ ਕੀ ਆ, ਕੀ ਅਗਵਾਈ ਤੁਸੀਂ ਸਾਡੀ ਕਰੋਗੇ 550 ਸਾਲਾਂ ਦੇ ਵਿੱਚ, ਜਾਂ ਜਿੱਦਾਂ ਚੂਨਾ ਚਾਨਾ ਖਿਲਾਰਿਆ ਅੱਗੇ ਤਾਂ ਗੁੱਦਾ ਪਾ ਕੇ ਚਲੇ ਜਾਓਗੇ। ਕੌਮ ਤੁਹਾਨੂੰ ਲੱਭਦੀ ਆ, ਕੌਮ ਦੇਖਦੀ ਆ, ਕੌਮ ਅਗਵਾਈ ਚਾਹੁੰਦੀ ਆ, ਦੱਸੋਗੇ 550 ਸਾਲਾਂ 'ਚ ਕੀ ਕਰਨ ਜਾ ਰਹੇ ਹੋ? ਦੇਖ ਲੈਣਾ ਪੈਰਾਂ ਥੱਲੋਂ ਮਿੱਟੀ ਨਿਕਲਣ ਵਾਲੀ ਆ, ਬਹੁਤਾ ਸਮਾਂ ਹੈ ਨਹੀਂ। ਆਖੋ ਸਤਨਾਮ, ਬਹੁਤਾ ਸਮਾਂ ਹੈ ਨਹੀਂ। ਆਓ ਨਾਲ ਨਾਲ ਸ਼ਬਦ ਦੀ ਸਾਂਝ ਪਾਈਏ ਤੇ ਨਾਲ ਨਾਲ ਵਿਚਾਰ ਵੀ ਕਰੀਏ। ਜਿੱਥੇ ਬਾਬਾ ਪੈਰ ਤਰੇ, ਜਿੱਥੇ ਪੜ੍ਹਾ ਸਕੇ, ਦੂਜਿਆਂ ਨੂੰ ਅਸੀਂ ਕੀ ਪੜ੍ਹਾਉਣਾ? ਅਸੀਂ ਤਾਂ ਆਪਣਿਆਂ ਨੂੰ ਘਰ ਵਿੱਚ ਸਿੱਖੀ ਨਹੀਂ ਸਿਖਾ ਸਕੇ, ਉਹਨਾਂ ਨੂੰ ਟਾਟਾ ਬਾਏ ਬਾਏ ਸਿਖਾ ਦਿੱਤਾ। ਦੁਨੀਆਂ ਨੂੰ ਕੀ ਸਿਖਾਓਗੇ, ਦੁਨੀਆਂ ਨੂੰ ਕੀ ਪੜ੍ਹਾਓਗੇ ਸਿੱਖੀ? ਦੱਸੋਗੇ ਘਰ ਕਿੰਨਾ ਸਮਾਂ ਲਾਉਂਦੇ ਹੋ ਆਪਣੇ ਪੁੱਤਰਾਂ ਨੂੰ ਪੋਤਰਿਆਂ ਨੂੰ ਸਿੱਖੀ ਪੜ੍ਹਾਉਣ ਲਈ? ਪਾਰਕਾਂ 'ਚ ਬੈਠੇ ਤਾਂ ਮੈਂ ਦੇਖਦਾ ਆਪਣੀ ਉਮਰ ਦਿਆਂ ਨੂੰ, ਇਹ ਤਾਂ ਮੈਂ ਰੋਜ਼ ਦੇਖਦਾ। ਪਰ ਇਹ ਗੱਲ ਤੁਹਾਨੂੰ ਆਪਣੀ ਆਤਮਾ ਨੂੰ ਜਵਾਬ ਦੇਣਾ ਪਏਗਾ, ਕਿਤੇ ਆਤਮਾ ਤਾਂ ਨਹੀਂ ਮਰ ਗਈ?
ਜੇ ਆਤਮਾ ਮਰ ਗਏ ਫਿਰ ਨਹੀਂ ਕੁਛ ਵੀ ਹੋ ਸਕਦਾ। ਐਡੀ ਵੱਡੀ ਕੁਰਬਾਨੀ ਸਤਿਗੁਰਾਂ ਦੀ। ਇਹ ਕਹਿੰਦਾ ਦੋ ਮਿੰਟਾਂ ਚ ਖਰੇ ਖਾਲਸਾ ਪ੍ਰਗਟ ਹੋ ਗਿਆ। ਦੋ ਸਤਿਗੁਰਾਂ ਨੂੰ ਸ਼ਹਾਦਤ ਦੇਣੀ ਪਈ ਇਸ ਖਾਲਸਾ ਪ੍ਰਗਟ ਕਰਨ ਲਈ। ਵੱਡਾ ਪ੍ਰੋਸੈਸ, 9 ਸਾਲ ਦੀ ਉਮਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਸਮਾਜ ਉੱਥੇ ਬੈਠਾ, ਮਾਤਾ ਪਿਤਾ ਉੱਥੇ ਬੈਠੇ ਨੇ, ਰਿਸ਼ਤੇਦਾਰ ਉੱਥੇ ਬੈਠੇ ਨੇ, ਪਤਵੰਤ ਸੱਜਣ ਇਲਾਕੇ ਦੇ ਬੈਠੇ ਨੇ। ਤੁਹਾਨੂੰ ਜਨੇਊ ਪਹਿਨਾਉਣਾ, ਪਾਤਸ਼ਾਹ ਕਹਿੰਦੇ ਮੈਨੂੰ ਕੋਈ ਇਨਕਾਰੀ ਨਹੀਂ ਜਨੇਊ ਨਾ ਪਹਿਨਣ ਦੀ। ਇਨਕਾਰੀ ਨਹੀਂ ਕਿ ਪਹਿਨਣਾ ਨਹੀਂ, ਪਰ ਇਹੋ ਜਿਹਾ ਜਨੇਊ ਪਹਿਣਾ ਦਿਓ ਦਇਆ ਕਪਾਲ। ਸਮਾਜ ਖੜਾ, ਘਰਦੇ ਕਹਿੰਦੇ ਨੇ ਹੁਣ ਕਰ ਲਓ, ਬਾਅਦ ਚ ਫਿਰ ਦੇਖ ਲਾਂਗੇ, ਸਾਡੀ ਰਹਿੰਦੀ ਨਹੀਂ। ਜਿਵੇਂ ਅਸੀਂ ਵਿਆਹ ਚ ਕਹਿੰਦੇ ਹਾਂ ਵੀ ਸਾਡੀ ਰਹਿੰਦੀ ਨਹੀਂ, ਸ਼ਰਾਬ ਪਿਲਾਉਣੀ ਪੈਣੀ ਆ। ਸਾਰੀ ਜ਼ਿੰਦਗੀ ਨੱਕ ਰੱਖਣ ਲਈ ਇਹ ਕਹਿੰਦਾ ਰਿਹਾ, ਇਹਨੂੰ ਗੁਰੂ ਦਾ ਕੋਈ ਡਰ ਨਹੀਂ, ਇਹਨੂੰ ਕੋਈ ਸੰਗ ਨਹੀਂ ਗੁਰੂ ਤੋਂ ਵੀ ਗੁਰੂ ਨੇ ਇਹਨੂੰ ਸਜ਼ਾ ਦੇਣੀ ਆ। ਇਹ ਕਹਿੰਦਾ ਜੀ ਨੱਕ ਨਹੀਂ ਰਹਿੰਦਾ ਕੀ ਕਰੀਏ ਜੀ, ਸਮਾਜ ਚ ਰੱਖਣੀ ਪੈਂਦੀ ਆ। ਗੁਰੂ ਦੇ ਨਾਲ ਰਹੇ ਜਾਂ ਨਾ ਰਹੇ, ਪਰ ਸਮਾਜ ਦੀ ਕਹਿੰਦਾ ਰੱਖਣੀ ਆ। ਹੱਥ ਜੋੜਦੇ ਨੇ ਖੜੇ, ਜਾਣ ਦਿਓ 9 ਸਾਲ ਦੀ। ਸਮਾਜ ਨੂੰ ਹੀ ਚੈਲੇਂਜ ਨਹੀਂ, ਹਜ਼ਾਰਾਂ ਸਾਲਾਂ ਦੀ ਪਰੰਪਰਾ ਬਣੀ ਹੋਈ ਧਾਰਮਿਕ ਗ੍ਰੰਥਾਂ ਨੂੰ ਚੈਲੇਂਜ ਆ। ਪਾਤਸ਼ਾਹ ਕਹਿੰਦੇ ਦਇਆ ਕਪਾਸ ਸੰਤੋਖ ਸੂਤ, ਦਇਆ ਦੀ ਕਪਾਹ ਲਿਆਇਓ, ਸੰਤੋਖ ਦਾ ਸੂਤਰ ਲਿਆਇਓ। ਜੱਤ ਗੰਢੀ ਸੱਤ ਵੱਟ, ਜੱਤ ਦੀ ਗੰਢ ਦੇ ਦਿਓ, ਸੱਤ ਦਾ ਵੱਟ ਦਿਓ। ਇਹ ਜਨੇਊ ਜੀਵ ਗਤ ਹੈ ਤਪਾਂਡੇ ਗਤ। ਹਰਦਿਆਲ ਕਹਿ ਰਿਹਾ ਕੁੱਲ ਪ੍ਰੋਤ ਆ, ਕੁੱਲ ਗੁਰੂ ਵੀ ਆ, ਨਾ ਇਹ ਟੁੱਟੇ ਨਾ ਮਲ ਲਾਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਪਾਏ। ਇਹੋ ਜਿਹਾ ਪਾ ਦੇ ਸਤਿਗੁਰ ਨੂੰ ਸੁਣ। ਅੱਜ ਚੌਥਾ ਦਿਨ ਹੈ, ਕਹੋ ਨਾਨਕ ਸੁਣ ਰਹੇ ਮਨਾ। ਮੈਂ ਫਿਰ ਬੇਨਤੀ ਕਰਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਰੋਜ਼ ਕਹਿੰਦੇ ਨੇ ਕਹੋ ਨਾਨਕ ਸੁਣ ਰਹੇ ਮਨਾ। ਕੀ ਸੁਣਨਾ ਜੀ, ਸੁੱਖ ਦੁੱਖ ਜਿਹ ਪਰਸੈ ਨਹੀਂ, ਸੁੱਖ ਤੋਂ ਵੀ ਪਰੇ ਹੋ ਜਾ, ਦੁੱਖ ਤੋਂ ਵੀ ਪਰੇ ਹੋ ਜਾ। ਲੋਭ ਮੋਹ ਅਭਿਮਾਨ ਆ ਸੁਣਨਾ ਜ਼ਰਾ, ਜੇ ਸੁੱਖ ਲੈਣਾ ਚਾਹੁੰਦਾ ਤੇ ਲੋਭ ਤਾਂ ਆਉਂਦਾ ਹੀ ਆ। ਇਹ ਸੋਚਦਾ ਵੀ ਸ਼ਾਇਦ ਮਾਇਆ ਇਕੱਠੀ ਕਰਨ ਨਾਲ ਸਾਰੇ ਸੁੱਖ ਮਿਲ ਜਾਣਗੇ, ਕਿਸੇ ਨੇ ਗਲਤ ਫਹਿਮੀ ਪਾ ਦਿੱਤੀ ਇਹਦੇ ਦਿਮਾਗ 'ਚ, ਕਿਸੇ ਨੇ ਗਲਤ ਫਹਿਮੀ ਏਡੀ ਪਾ ਦਿੱਤੀ ਵੀ ਜਿਹਦੇ ਕੋਲ ਮਾਇਆ ਹੁੰਦੀ ਉਹਦੇ ਕੋਲ ਸਾਰੇ ਸੁੱਖ ਹੁੰਦੇ ਆ। ਹੁਣ ਤੁਹਾਡੇ ਕੋਲ ਤਾਂ ਹੈਗੀ ਆ, ਫਿਰ ਸੁੱਖ ਆ ਗਿਆ? ਪੁੱਛੋ ਤੇ ਸਹੀ। ਇਹ ਸਤਿਗੁਰ ਕਹਿੰਦੇ ਆ ਸੁਣੋ, ਅਸੀਂ ਨਹੀਂ ਕਹਿੰਦੇ। ਕਹੋ ਨਾਨਕ ਸੁਣ ਰਹੇ ਮਨਾ, ਸੋ ਮੂਰਤ ਭਗਵਾਨ, ਸੁੱਖ ਤੋਂ ਵੀ ਪਰੇ ਹੋ ਜਾ, ਦੁੱਖ ਤੋਂ ਵੀ ਪਰੇ ਹੋ ਜਾ। ਲੋਭ ਤੇ ਮੋਹ ਨਹੀਂ ਆਉਣਗੇ, ਹੰਕਾਰ ਨਹੀਂ ਆਏਗਾ, ਛੱਡਣੇ ਪੈਣਗੇ ਦੋਨੋਂ।
ਇਹ ਤਾਂ ਸਾਰੀ ਜ਼ਿੰਦਗੀ ਲਗਾ ਦਿੱਤੀ ਇਸਨੇ ਸੁੱਖ ਲੱਭਦੇ ਲੱਭਦੇ। ਸਿੱਖੀ ਦੀ ਰੋਜ਼ ਮਾਲਕ ਇਸ ਨੂੰ ਸਮਝਾਉਂਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਕੀ ਕਹਿੰਦੇ ਨੇ ਪਾਤਸ਼ਾਹ, ਸਾਰਿਆਂ ਦਾ ਇੱਕੋ ਹੀ ਦਾਤਾ, ਸਿੱਖਾਂ ਦਾ ਕੋਈ ਵੱਖਰਾ ਦਾਤਾ ਨਹੀਂ, ਮੁਸਲਮਾਨਾਂ ਦਾ ਕੋਈ ਵੱਖਰਾ ਦਾਤਾ ਨਹੀਂ, ਦੂਸਰਿਆਂ ਦਾ ਕੋਈ ਵੱਖਰਾ ਦਾਤਾ ਨਹੀਂ, ਸਾਰਿਆਂ ਦਾ ਇੱਕੋ ਹੀ ਦਾਤਾ। ਮਾਲਕ ਕਹਿੰਦੇ ਸੋ ਮੈਂ ਵਿਸਰ ਨਾ ਜਾਈ। ਭਾਈ ਸਾਹਿਬ ਕਹਿੰਦੇ ਚੜਿਆ ਸੋਧਨ ਧਰਤ ਲੁਪਾਈ, ਕੁਛ ਵਿਗੜ ਗਿਆ, ਉਹਦੀ ਸੋਧ ਤਾਂ ਹੀ ਹੋ ਸਕਦੀ ਨਾ ਕੁਝ ਵਿਗੜਿਆ ਹੋਇਆ। ਸੋਧਨ ਚੱਲਿਆ ਧਰਤ ਲੁਕਾਈ, ਸਿਰਫ ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਨਹੀਂ, ਕਿਉਂਕਿ ਉਹਦਾ ਬਣਾਇਆ ਹੋਇਆ ਆਪਣਾ ਸੰਸਾਰ ਹੈ। ਆਖੋ ਸਾਨੂੰ ਰੋਜ਼ ਪਾਤਸ਼ਾਹ ਇਸ ਨੂੰ ਸਮਝਾਉਂਦੇ ਨੇ, ਗੁਰਮੁਖ ਵੈਰ ਵਿਰੋਧ ਮਿਟਾਵੈ। ਇਹ ਔਖਾ ਆ, ਇਹਨੂੰ ਬਹੁਤ ਵੱਡੀ ਉਖਿਆਈ ਆ। ਵੈਰ ਵਿਰੋਧ ਚਤ ਅੰਦਰੋਂ ਮਿਟਦਾ ਨਹੀਂ, ਗੱਲ ਬਣਨੀ ਨਹੀਂ, ਨਹੀਂ ਬਣਨੀ, ਨਹੀਂ ਬਣਨੀ, ਨਹੀਂ ਬਣਨੀ। ਦੋ ਜਾਨਾਂ ਨੇ, ਭਾਈ ਮਰਦਾਨਾ ਜੀ ਨਾਲ ਨੇ, ਨਾਲ ਸਤਿਗੁਰੂ ਨੇ। ਕਦੇ ਹੈਰਾਨ ਹੈਰਾਨ ਹੋ ਜਾਈਦਾ ਪੜ੍ਹ ਕੇ, ਕਦੇ ਪਾਤਸ਼ਾਹ ਜੰਗਲ ਬੀਆ ਵਾਨ ਚ ਬੈਠੇ ਨੇ, ਕਦੇ ਕਿਸੇ ਨਦੀ ਦੇ ਕਿਨਾਰੇ ਬੈਠੇ ਨੇ, ਕਦੇ ਕਿਤੇ ਉਜਾੜ ਚ ਬੈਠੇ ਨੇ, ਕਿਤੇ ਰੇਗਿਸਤਾਨ ਵਿੱਚ ਚੱਲੇ ਜਾ ਰਹੇ ਨੇ। ਕਿਉਂਕਿ ਪਰਉਪਕਾਰੀ ਜਿਹੜੇ ਹੁੰਦੇ ਨੇ ਉਹ ਦੂਸਰਿਆਂ ਦੇ ਦੁੱਖ ਆਪਣੇ ਤੇ ਲੈ ਲੈਂਦੇ ਨੇ, ਪਰ ਸੰਸਾਰ ਨੂੰ ਸੁੱਖ ਦੇਣਾ ਚਾਹੁੰਦੇ ਨੇ। ਬਗਦਾਦ ਦੀ ਧਰਤੀ ਹੈ, ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਗੁਰੂ ਮਹਿਮਾ ਸੁਣਾ। ਜਦੋਂ ਹੀ ਪੁਰਖ ਅਕਾਲ ਦਾ ਨਾਅਰਾ ਲਾਇਆ, ਇਤਿਹਾਸ ਲਿਖਦਾ ਕਿ ਉਸ ਵੇਲੇ 8000 ਬੰਦਾ ਇਕੱਠਾ ਹੋ ਗਿਆ। ਇਹ ਫੈਸਲਾ ਕਿ ਪੱਥਰ ਮਾਰ 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 ਦਿੱਤਾ ਜਾਏ, ਕਿਉਂਕਿ ਉੱਥੇ ਇੱਕ ਨਿਯਮ ਆ
ਤੁਸੀਂ ਪਬਲਿਕ ਪਲੇਸਿਸ ਤੇ ਗਾ ਨਹੀਂ ਸਕਦੇ, ਸੰਗੀਤ ਨਹੀਂ ਵਜਾ ਸਕਦੇ। ਪੀਰ ਦਸਤ ਗੀਤ ਸੁਲਝਿਆ ਹੋਇਆ ਫਕੀਰ ਸੀ, ਬੁਲਾਇਆ ਸਤਿਗੁਰ ਜੀ ਨੂੰ, ਉਹ ਪਲੰਗ ਤੇ ਬੈਠਾ, ਸਿੰਘਾਸਣ ਤੇ ਬੈਠਾ, ਪਾਤਸ਼ਾਹ ਸਾਹਮਣੇ ਖੜੇ ਸੀ। ਆ ਦੇਖ ਕਿੰਨਾ ਦੁੱਖ ਹੈ, ਸ੍ਰਿਸ਼ਟੀ ਦਾ ਮਾਲਕ ਸਾਹਮਣੇ ਖੜਾ ਹੋਵੇ ਦੋਸ਼ੀਆਂ ਦੀ ਤਰ੍ਹਾਂ। ਅਸੀਂ ਤਾਂ ਆਪਣੇ ਸਤਿਗੁਰ ਦਾ ਧੰਨਵਾਦ ਵੀ ਨਹੀਂ ਕਰ ਸਕੇ ਦੁਨੀਆਂ ਜਾ ਕੇ। ਪੀਰ ਦਸਤਗੀਰ ਕਹਿਣ ਲੱਗਾ, ਸਾਈਂ ਫਕੀਰ, ਜੇ ਤਾਂ ਸਾਡੇ ਸਵਾਲਾਂ ਦਾ ਜਵਾਬ ਦੇ ਦਿੱਤਾ ਫਿਰ ਤਾਂ ਛੱਡ ਦਿਆਂਗੇ, ਨਹੀਂ ਤੇ ਕਰੜੀ ਸਜ਼ਾ ਦਿਆਂਗੇ। ਪਹਿਲਾ ਸਵਾਲ ਕੀਤਾ ਕਿ ਖੁਦਾ ਹੈ, ਰੱਬ ਹੈ, ਪਰਮਾਤਮਾ ਹੈ, ਜੇ ਹੈ ਤੇ ਦਿਸਦਾ ਕਿਉਂ ਨਹੀਂ। ਤੀਸਰਾ ਸਵਾਲ ਕੀਤਾ, ਜੇ ਖੁਦਾ ਹੈ ਤੇ ਕਰਦਾ ਕੀ ਹੈ। ਚੌਥਾ ਸਵਾਲ ਕੀਤਾ, ਕੋਈ ਇਹੋ ਜਿਹੀ ਚੀਜ਼ ਹੈ ਜਿਹੜਾ ਰੱਬ ਨਾ ਕਰ ਸਕਿਆ ਹੋਵੇ, ਖੁਦਾ ਨਾ ਕਰ ਸਕਿਆ ਹੋਵੇ। ਪਾਤਸ਼ਾਹ ਜੀ ਕਹਿਣ ਲੱਗੇ, ਪੀਰ ਜੀ ਕੁਛ ਦੁੱਧ ਮੰਗਵਾਓਗੇ, ਇੱਕ ਬਾਲਟਾ ਦੁੱਧ ਦਾ ਲਿਆਂਦਾ ਸਾਹਮਣੇ ਰੱਖ ਦਿੱਤਾ। ਮੇਰੇ ਪਾਤਸ਼ਾਹ ਨੇ ਇੱਕ ਭਰਮੀ ਨਜ਼ਰ ਇਸ ਬਾਲਟੇ ਦੇ ਵਿੱਚ ਕੀਤੀ ਦੁੱਧ ਤੇ। ਸਤਿਗੁਰ ਕਹਿਣ ਲੱਗੇ, ਪੀਰ ਜੀ ਇਹਦੇ ਵਿੱਚ ਕੁਝ ਹੈ। ਦਸਤਗੀਰ ਨੇ ਇਹ ਸਮਝਿਆ ਵੀ ਇਹਨਾਂ ਨੂੰ ਸ਼ੱਕ ਪੈ ਗਏ ਕਿ ਮੇਰੇ ਜਿਹੜੇ ਮੁਰੀਦ ਨੇ, ਚੇਲੇ ਨੇ, ਉਹਨਾਂ ਨੇ ਇਹਦੇ ਵਿੱਚ ਜ਼ਹਿਰ ਪਾ ਦਿੱਤੀ ਹੋਣੀ ਹੈ, ਸ਼ੱਕ ਪੈ ਗਿਆ। ਪੀਰ ਦਸਤਗੀਰ ਕਹਿਣ ਲੱਗਾ, ਮੈਂ ਤੁਹਾਨੂੰ ਵਿਸ਼ਵਾਸ ਦਵਾ ਸਕਦਾ ਆਪਣੇ ਮੈਂਬਰਾਂ ਦੇ, ਇਹਦੇ ਵਿੱਚ ਕੁਝ ਨਹੀਂ। ਦੂਜੀ ਵਾਰੀ ਫਿਰ ਕਿਹਾ ਪਾਤਸ਼ਾਹ ਜੀ ਨੇ, ਇਹਦੇ ਵਿੱਚ ਕੁਝ ਹੈ। ਜਾਂ ਤੀਸਰੀ ਵਾਰੀ ਕਿਹਾ ਤਾਂ ਪੀਰ ਦਸਤਗੀਰ ਨੇ ਕਿਹਾ, ਫਿਰ ਤੁਸੀਂ ਦੱਸ ਦਿਓ ਇਹਦੇ ਵਿੱਚ ਕੀ ਹੈ। ਸਤਿਗੁਰ ਕਹਿਣ ਲੱਗੇ, ਇਹਦੇ ਵਿੱਚ ਘਿਓ। ਇੱਕ ਵਾਰੀ ਕਹਿ ਦਿਓ ਸਤਨਾਮ। ਪਾਤਸ਼ਾਹ ਪੁੱਛਣ ਲੱਗੇ, ਹੈ ਇਹਦੇ 'ਚ ਘਿਓ? ਕਹਿੰਦੇ ਹੈ। ਕਹਿੰਦੇ ਫਿਰ ਦਿਸਦਾ ਕਿਉਂ ਨਹੀਂ? ਘਿਓ ਤੇ ਹੈ, ਫਿਰ ਦਿਸਣਾ ਚਾਹੀਦਾ। ਤੇ ਦਸਤਗੀਰ ਕਹਿ ਰਿਹਾ ਸੀ, ਸਾਈਂ ਜੀ ਇਹ ਕਿਵੇਂ ਦਿਸੇ? ਪਹਿਲਾਂ ਦੁੱਧ ਨੂੰ ਗਰਮ ਕਰਨਾ ਪੈਂਦਾ, ਫਿਰ ਠੰਡਾ ਕਰਨਾ ਪੈਂਦਾ, ਫਿਰ ਜਾਗ ਲਗਾਈਦਾ, ਫਿਰ ਦਹੀਂ ਬਣ ਜਾਂਦਾ, ਫਿਰ ਰਿੜਕੀ ਦਾ, ਫਿਰ ਮੱਖਣ ਨਿਕਲਦਾ, ਫਿਰ ਗਰਮ ਕਰੀਏ ਤਾਂ ਘਿਓ ਨਿਕਲਦਾ, ਇਸ ਤਰ੍ਹਾਂ ਕਿਵੇਂ ਦਿਸ ਸਕਦਾ? ਮੇਰੇ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਲੱਗਦਾ ਪੀਰ ਜੀ ਤੁਹਾਨੂੰ ਬਚਨ ਸਮਝ ਆ ਗਿਆ। ਕਹਿੰਦੇ ਅਜੇ ਕੱਲੇ ਕੁਝ ਵੀ ਨਹੀਂ ਪੱਲੇ ਪਿਆ। ਦਸਤਗੀਰ ਕਹਿੰਦਾ, ਅਜੇ ਕੁਛ ਨਹੀਂ ਸਮਝ ਆਈ। ਸਤਿਗੁਰ ਕਹਿਣ ਲੱਗੇ, ਇੰਨੀ ਗਲਤੀ ਤਾਂ ਸਮਝ ਆ ਗਈ ਨਾ, ਕਿਸੇ ਚੀਜ਼ ਦੀ ਪ੍ਰਾਪਤੀ ਲਈ ਮਿਹਨਤ ਬਹੁਤ ਜ਼ਰੂਰੀ ਆ। ਫਿਰ ਸੁਣਨਾ, ਕਿਸੇ ਚੀਜ਼ ਦੀ ਪ੍ਰਾਪਤੀ ਲਈ ਮਿਹਨਤ ਬਹੁਤ ਜ਼ਰੂਰੀ ਹੈ ਪੀਰ ਜੀ, ਪਰ ਇਹ ਘਿਓ ਤਾਂ ਤੁਸੀਂ ਗੁਆਂਢੀਆਂ ਦੇ ਵੀ ਦੇਖ ਸਕਦੇ ਹੋ, ਤੁਹਾਨੂੰ ਮੱਝ ਗਾਂ ਬੰਨਣ ਦੀ ਵੀ ਲੋੜ ਨਹੀਂ। ਪਰ ਜਿਸ ਖੁਦਾ ਦੀ ਤੁਸੀਂ ਗੱਲ ਕਰਦੇ ਹੋ ਤੇ ਉਹਨਾਂ ਨੂੰ ਦਿਖਾਈ ਦਿੰਦਾ ਜਿਹੜੇ ਉਹਦੇ ਨਾਲ ਦਿਲੋਂ ਪ੍ਰੀਤ ਕਰਦੇ ਨੇ। ਜਿਹਨਾਂ ਨਾਲ ਪ੍ਰੇਮ ਦੀ ਗੰਢ ਪੈ ਚੁੱਕੀ ਹੈ ਉਹਨਾਂ ਨੂੰ ਦਿਸਦਾ ਖੁਦਾ। ਥੋੜੀ ਸ਼ਰਧਾ ਵੱਜ ਗਈ। ਫਿਰ ਦੂਜਾ ਸਵਾਲ ਰਿਪੀਟ ਕੀਤਾ, ਖੁਦਾ ਕਰਦਾ ਕੀ ਆ? ਪਾਤਸ਼ਾਹ ਕਹਿਣ ਲੱਗੇ, ਜੇ ਇਹਦਾ ਜਵਾਬ ਲੈਣਾ, ਜਿੱਥੇ ਅਸੀਂ ਹਾਂ ਉੱਥੇ ਤੈਨੂੰ ਆਉਣਾ ਪਏਗਾ ਤੇ ਸਾਨੂੰ ਇੱਥੇ ਆਉਣਾ ਪਏਗਾ ਸਿੰਘਾਸਣ ਤੇ। ਜਾਣਨਾ ਚਾਹੁੰਦਾ ਸੀ, ਥੱਲੇ ਉੱਤਰ ਆਇਆ, ਜਿੱਥੇ ਪਾਤਸ਼ਾਹ ਖੜੇ ਸੀ ਉੱਥੇ ਦਸਤਗੀਰ ਖੜਾ ਹੋ ਗਿਆ।
ਪਾਤਸ਼ਾਹ ਜੀ ਸਿੰਘਾਸਣ ਤੇ ਬੈਠ ਗਏ। ਪਾਤਸ਼ਾਹ ਕਹਿੰਦੇ ਹੁਣ ਪੁੱਛ ਕੀ ਕਹਿੰਦੇ। ਕਹਿੰਦੇ ਖੁਦਾ ਕੀ ਕਰਦਾ? ਕਹਿੰਦੇ ਆਹ ਹੀ ਕੁਝ ਕਰਦਾ, ਜਿਹੜੇ ਸਿੰਘਾਸਣ ਤੇ ਹੁੰਦੇ ਨੇ ਉਹਨੂੰ ਥੱਲੇ ਲਾ ਦਿੰਦਾ, ਜਿਹੜੇ ਥੱਲੇ ਬੈਠੇ ਹੁੰਦੇ ਉਹਨਾਂ ਨੂੰ ਸਿੰਘਾਸਣ ਤੇ ਬਿਠਾ ਦਿੰਦਾ। ਕੀ ਕਰਦਾ ਪਰਮਾਤਮਾ? ਕਿਉਂਕਿ ਐਸਾ ਵੀ ਹੈ ਜਿਹੜਾ ਰੱਬ ਨਹੀਂ ਕਰ ਸਕਿਆ? ਪਾਤਸ਼ਾਹ ਕਹਿੰਦੇ ਹਾਂ, ਉਹ ਅੱਜ ਤੱਕ ਇੱਕ ਕੰਮ ਨਹੀਂ ਕਰ ਸਕਿਆ, ਉਹ ਦੂਜਾ ਰੱਬ ਨੇ ਬਣਾ ਸਕਿਆ। ਇੱਕ ਵਾਰੀ ਕਹਿ ਦਿਓ ਸਤਨਾਮ। ਉਹ ਦੂਜਾ ਰੱਬ ਨਹੀਂ ਬਣਾ ਸਕਦਾ, ਕਹਿੰਦੇ ਹੋਰ ਵੀ ਕੋਈ ਚੀਜ਼ ਹੈ ਜਿਹਦੀ ਰੱਬ ਨਹੀਂ ਅੱਜ ਤੱਕ ਕਰ ਸਕਿਆ? ਕਹਿੰਦੇ ਹਾਂ। ਪਾਤਸ਼ਾਹ ਕਹਿਣ ਲੱਗੇ ਉਹ ਕੀ? ਉਹ ਆਪਣਾ ਨਾਂ ਨਹੀਂ ਅੱਜ ਤੱਕ ਰੱਖ ਸਕਿਆ, ਉਹਦੇ ਪਿਆਰੇ ਰੱਖਦੇ ਨੇ, ਉਹਨੂੰ ਰਹੀਮ ਕਹਿ ਲੈਣ, ਰਾਮ ਕਹਿ ਲੈਣ, ਵਾਹਿਗੁਰੂ ਕਹਿ ਲੈਣ, ਅੱਲਾਹ ਕਹਿ ਲੈਣ, ਬੀਠਲ ਕਹਿ ਲੈਣ, ਜਿਸ ਪ੍ਰੇਮ ਨਾਲ ਉਹਦੇ ਪ੍ਰੇਮੀ ਉਸਨੂੰ ਬੁਲਾਉਂਦੇ ਨੇ ਉਹ ਉਸ ਨਾਮ ਨਾਲ ਹੀ ਆ ਜਾਂਦਾ। ਇਹਨੂੰ ਤਾਂ ਨਾਂ ਹੀ ਫਿੱਟ ਨਹੀਂ ਆਉਂਦਾ। ਪਹਿਲਾਂ ਕਲਯੁਗ ਦੇ ਬੰਦੇ ਨੂੰ ਨਾਮ ਹੀ ਫਿੱਟ ਨਹੀਂ, ਸਾਰੀ ਜ਼ਿੰਦਗੀ ਪੁੱਛਦਾ ਹੀ ਮਰ ਚੱਲਾ ਕਿ ਨਾਮ ਕਿਹੜਾ ਜਪੀਏ, ਕਿਉਂਕਿ ਜਪਣਾ ਨਹੀਂ ਨਾ, ਜਪਣਾ ਨਹੀਂ। ਸਤਿਗੁਰ ਕਹਿੰਦੇ ਸਿੱਖ ਸਿੱਖ ਨੂੰ ਇਹ ਕਹਿੰਦੇ ਨੇ ਤੂੰ ਸਿਰ ਨੂੰ ਲਾ, ਗੁਰੂ ਦੇ ਦਰ ਤੇ ਲਾ ਦੇ। ਇਹ ਲਾਉਂਦਾ ਨਹੀਂ, ਇਹ ਸਿਰ ਅੜਾਉਂਦਾ ਅੱਗੇ। ਆਹ ਕਿਉਂ ਆ, ਆਹ ਕਿਉਂ ਆ? ਇਹਨੂੰ ਵਿਹਲੇ ਨੂੰ ਹੋਰ ਕੋਈ ਕੰਮ ਨਹੀਂ। ਜਦੋਂ ਸ਼ੇਰ ਗਰਜਦਾ ਜੰਗਲ ਵਿੱਚ, ਹਿਰਨਾਂ ਦੀਆਂ ਡਾਰਾਂ ਦੌੜਦੇ ਦੌੜਦੇ ਦਮ ਟੁੱਟ ਜਾਂਦੇ ਨੇ, ਉਦਾਹਰਣ ਦਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਕਹਿੰਦੇ ਜਿਉਂ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਾਮ ਦੀ ਗਰਜ ਸੁਣੀ, ਜਿੰਨੇ ਪਖੰਡੀ ਸੀ ਦੌੜਦੇ ਦੌੜਦੇ ਦਮ ਟੁੱਟ ਗਏ। ਆਖੋ ਸਤਨਾਮ। ਰੋਜ਼ ਪੜ੍ਹੀ ਜਾਂਦਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਸੁਣਨਾ, ਰੋਜ਼ ਉੱਪਰੋਂ ਉੱਪਰੋਂ ਕਹਿੰਦਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ ਤੇ ਬੈਠਾ ਜੋਤਸ਼ੀਆਂ ਕੋਲ, ਬੈਠਾ ਜੋਤਸ਼ੀਆਂ ਕੋਲ, ਉਹਨਾਂ ਤੋਂ ਕਿਸਮਤ ਪੁੱਛਣ ਚੱਲਾ। ਇਸ ਨੂੰ ਨੇ ਵਿਚਾਰੇ ਨੂੰ ਪਤਾ ਹੀ ਕਰਦਾ ਕੀ ਹੈ ਜ਼ਿੰਦਗੀ 'ਚ। ਇੱਕ ਮੇਰੇ ਮਿੱਤਰ ਨੇ ਜੀ, ਉਹ ਜੋਤਸ਼ੀ ਨੇ, ਤੁਸੀਂ ਵੀ ਕਹੋਗੇ ਤੁਸੀਂ ਵੀ ਜਾਂਦੇ ਹੋ, 24 ਸਾਲ ਹੋ ਗਏ ਉਹਦਾ ਨਿਯਮ ਆ। 2 ਸਖਰੂਨੀ ਸਾਹਿਬ ਉਹਨੇ ਰਾਤ ਬੈਠ ਕੇ ਕਰਨੇ ਨੇ, 24 ਸਾਲ ਹੋ ਗਿਆ ਨਿਤਨੇਮ ਟੁੱਟਾ ਨਹੀਂ। ਤੇ ਮਾਘ ਮਹੀਨੇ ਵਿੱਚ ਰੋਜ਼ 5 ਸੁਖਮਨੀ ਸਾਹਿਬ ਕਰਦੇ ਨੇ। ਹੈਗੇ ਨੇ ਨਿਤਨੇਮ, ਉਹਦੇ ਲੜਕਾ ਨਾ ਬੱਚਾ ਨਾ ਹੋਵੇ। ਕੇਸਗੜ੍ਹ ਸਾਹਿਬ ਤੋਂ ਸਿੰਘ ਸਾਹਿਬ ਆਏ, ਸਾਰਿਆਂ ਨੇ ਜਵਾਬ ਦੇ ਦਿੱਤਾ ਤੇਰੇ ਬੱਚਾ ਹੀ ਨਹੀਂ ਹੋ ਸਕਦਾ ਕੋਈ।
ਅਸਲ 'ਚ ਜਦੋਂ ਕਿਤਿਓਂ ਖੈਰ ਨਹੀਂ ਪੈਂਦੀ ਤਾਂ ਫਿਰ ਗੁਰੂ ਨਾਨਕ ਦੇ ਘਰ ਨੂੰ ਆਈਦਾ। ਆ ਸੁਣਨਾ ਜ਼ਰਾ, ਸਮਾਂ ਵੀ ਚੱਲਦਾ। ਫਿਰ ਅਰਦਾਸ ਕਰੀ ਦੀ, ਦਾਤਾ ਤੁਸੀਂ ਕਿਤੇ ਸੱਖਣੀ ਝੋਲੀ ਨੇ ਚਲੇ ਜਾਈਏ, ਤੁਸੀਂ ਕਿਰਪਾ ਕਰ ਦਿਓ। ਜਦੋਂ ਗੁਰੂ ਨਾਨਕ ਦੇ ਘਰੋਂ ਦਾਤ ਮਿਲ ਜਾਂਦੀ ਹੈ, ਇਹਦੀ ਮੂਰਖਤਾ ਦੇਖੋ। ਫਿਰ ਕਹਿੰਦਾ ਜੀ ਪਾਰਟੀ ਕਰਨੀ ਆ। ਫਿਰ ਗੁਰੂ ਨਾਨਕ ਭੁੱਲ ਜਾਂਦਾ ਤੇ ਸ਼ਰਾਬਾਂ ਪਿਲਾਉਂਦਾ ਫਿਰਦਾ, ਸ਼ੁਗਲ ਕਰਨਾ ਕਹਿੰਦਾ। ਮੰਗਣ ਦੀ ਵਾਰੀ ਗੁਰੂ ਨਾਨਕ ਦਾ ਘਰ ਆ, ਖੁਸ਼ੀਆਂ ਜਾ ਕੇ ਸ਼ਰਾਬੀਆਂ ਨਾਲ ਮਨਾਉਂਦਾ ਫਿਰਦਾ। ਦੱਸ ਗੁਰੂ ਤੋਂ ਕੀ ਲੈ ਜਾਵੇ? ਪੁੱਛ ਤੇ ਸੀ ਤੂੰ ਕਰਦਾ ਕੀ ਆ? ਉਹ ਤੇ ਮਾਲਕ ਕਹਿੰਦੇ ਘੜੀ ਘੜੀ ਕਾ ਲੇਖਾ ਮੰਗੈ। ਕਦੇ ਐਸਾ ਨਾ ਸਮਝਣਾ ਉਹਨੇ ਪੁੱਛਣਾ ਨਹੀਂ। ਪੂਜਾ ਆਸਨ ਦੇ ਆਸਣ ਬਣ ਗਏ। ਉਹ ਰੁਹੇਲੇ ਪਠਾਨ ਬੜੇ ਜ਼ਾਲਮ ਸੀ। ਮੈਂ ਆਖਰੀ ਵਾਰ ਨਾ ਜੀ ਨੇ ਸਨ ਕਰਦਾ, ਮੇਰੇ ਖਿਆਲ ਸਾਡੇ ਚ ਦੋ ਚੌਂ ਨੂੰ ਹੀ ਪਤਾ ਹੋਣਾ ਵੀ ਰੁਹੇਲ ਖੰਡ ਕਿਹਨੂੰ ਕਹਿੰਦੇ ਆ। ਕਿ ਸਮਾਂ ਹੈ ਨੀ ਇਤਿਹਾਸ ਪੜ੍ਹਨ ਦਾ, ਸਮਾਂ ਹੈ ਨੀ ਸਾਡੇ ਕੋਲ। ਰੁਹੇਲਖੰਡ ਬਰੇਲੀ ਬਿਜਨੌਰ ਇਸ ਏਰੀਏ ਨੂੰ ਯੂਪੀ ਦੇ ਨੂੰ ਕਹਿੰਦੇ ਸੀ। ਨਾਨਕ ਮਤਾ ਜਿੱਥੇ ਆਪ ਜੀ ਜਾਂਦੇ ਹੋ ਕਦੇ ਕਦੇ ਦਰਸ਼ਨ ਕਰਨ, ਉਹ ਯੋਗੀਆਂ ਦਾ ਆਸਣ ਸੀ। ਕਦੇ ਮੇਰੇ ਪਾਤਸ਼ਾਹ ਨੇ ਤਿੰਨ ਵਾਰੀ ਰੁਹੇਲੇ ਪਠਾਣਾ ਨੇ ਨਿਲਾਮੀ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ। ਤਿੰਨ ਵਾਰੀ ਮੰਡੀ ਚੋਂ ਖਰੀਦ ਕੇ ਲੈ ਕੇ ਗਏ। ਇਤਿਹਾਸ ਲਿਖਦਾ 2 ਅਰਬੀ ਘੋੜੇ ਮੁੱਲ ਪਿਆ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਸਮਾਂ ਕੱਢਿਆ ਕਰੋ ਥੋੜਾ ਬਹੁਤਾ ਗੁਰੂ ਲਈ। ਪਾਤਸ਼ਾਹ ਜੀ ਨੂੰ ਪਕੜ ਕੇ ਲੈ ਗਏ, ਫੜ ਕੇ ਲੈ ਗਏ ਜਿੱਥੇ ਬਾਕੀ ਕੈਦੀ ਰੱਖੇ ਸੀ। ਉੱਥੇ ਜਾ ਕੇ ਅੰਦਰ ਜਾ ਦੇ ਦਿੱਤਾ ਤੇ ਉੱਥੇ ਇੱਕ ਭਾਈ ਹਰੇ ਸੀ, ਗੁਰੂ ਨਾਨਕ ਦਾ ਸਿੱਖ ਸੀ। ਜਦ ਪਾਤਸ਼ਾਹ ਨੂੰ ਦੇਖਿਆ ਨਾਲੇ ਰੋਣ ਲੱਗ ਪਿਆ, ਨਾਲ ਚਰਨ ਫੜ ਲਿਆ। ਕਹਿੰਦੇ ਦਾਤਾ ਬੜੀ ਕਿਰਪਾ ਕੀਤੀ, ਹੁਣ ਬਚਾਅ ਹੋ ਸਕਦਾ ਸੀ, ਹੁਣ ਹੋ ਸਕਦਾ ਬਚਾਅ, ਆਪ ਜੀ ਆ ਗਏ ਹੋ, ਨਹੀਂ ਤਾਂ ਇਹਨਾਂ ਨੇ ਮੈਨੂੰ ਵੇਚਣ ਲੱਗੇ ਸੀ। ਕਹਿੰਦੇ ਸਾਰੇ ਇਲਾਕੇ ਦਾ ਪਾਣੀ ਸੁੱਕ ਗਿਆ, ਹਾਹਾਕਾਰ ਮੱਚ ਗਈ। ਕਿਸੇ ਨੇ ਕਿਹਾ ਤੁਸੀਂ ਕਿਸੇ ਮਹਾਂਪੁਰਸ਼ ਨੂੰ ਫੜ ਕੇ ਲਿਆਂਦਾ, ਬਹੁਤ ਵੱਡਾ ਪਾਪ ਕੀਤਾ। ਜਿਹੜਾ ਪਠਾਨ ਲੈ ਕੇ ਗਿਆ ਸੀ ਆ ਕੇ ਮੁਆਫ਼ੀ ਮੰਗੀ। ਪਾਤਸ਼ਾਹ ਨੇ ਸਿਰਫ ਇੰਨਾ ਹੀ ਕਿਹਾ ਸੀ ਮਨੁੱਖ ਨੂੰ ਮਨੁੱਖ ਸਮਝੋ, ਪਸ਼ੂਆਂ ਦੀ ਤਰ੍ਹਾਂ ਨਾ ਡੀਲ ਕਰੋ ਇਹਨਾਂ ਨੂੰ। ਘਰ ਘਰ
ਦੇ ਘਰ ਘਰ ਅੰਦਰ ਧਰਮ ਸਾਲ ਤੇਰਾ ਘਰ ਗੁਰਦੁਆਰਾ ਬਣ ਜਾਂਦਾ ਤੇਰਾ ਘਰ ਮੰਦਰ ਬਣ ਜਾਂਦਾ ਤੇਰਾ ਘਰ ਧਰਮ ਸਥਾਨ ਬਣ ਜਾਂਦਾ ਕਿਵੇਂ ਬਣਨਾ ਸੀ ਜੀ ਤੂੰ ਆਪ ਅੰਮ੍ਰਿਤ ਵੇਲੇ ਉੱਠਦਾ ਤੇਰੇ ਬੱਚੇ ਉੱਠਦੇ ਨਿਤਨੇਮ ਸਿਮਰਨ ਵਿੱਚ ਬਹਿੰਦੇ ਕੀਰਤਨ ਵਿੱਚ ਬਹਿੰਦੇ ਆਪੇ ਧਰਮਸਾਲ ਬਣ ਜਾਣੀ ਸੀ ਤੇਰਾ ਘਰ ਤਾਂ ਸਿਰਮਾ ਘਰ ਬਣਿਆ ਅਠਾਰਾਂ ਅਠਾਰਾਂ ਘੰਟੇ ਟੈਲੀਵਿਜ਼ਨ ਮਹਾਰਾਜ ਆਉਣ ਨੇ ਫਿਰ ਕਹਿੰਦਾ ਜੀ ਸੁਰਤ ਨਹੀਂ ਟਿਕਦੀ ਸੁਰਤ ਕਾਹਦੀ ਖਾਕ ਟਿਕੇ ਇਹਦੀ ਜੋ ਦੇਖਦਾ ਝੂਠਾ ਜਿਹੜੀਆਂ ਇਹਦੀਆਂ ਅੱਖਾਂ ਦੇਖਦੀਆਂ ਅਠਾਰਾਂ ਅਠਾਰਾਂ ਘੰਟੇ ਉਹਦੇ 'ਚ ਕੁਝ ਸੱਚ ਲੱਭਿਆ ਅੱਜ ਤੱਕ ਤੁਸੀਂ ਪਾਤਸ਼ਾਹ ਕਹਿੰਦੇ ਬਹੁਤੇ ਧਰਮ ਅਸਥਾਨਾਂ ਨਾਲੋਂ ਤੇਰਾ ਘਰ ਧਰਮ ਅਸਥਾਨ ਬਣ ਜਾਂਦਾ ਪੁੱਛੋ ਤੁਸੀਂ ਜਰਾ ਆਪਣੇ ਆਪ ਨੂੰ ਬਾਬੇ ਪਾਰੇ ਧੰਨਵਾਦੀ ਹਾਂ ਸਮੂਹ ਸਾਧ ਸੰਗਤ ਜੀ ਦੇ ਵੱਡੀ ਗਿਣਤੀ ਵਿੱਚ ਆਪ ਜੀ